ਜੀ ਸਤਿ ਸ਼੍ਰੀ ਅਕਾਲ ਜੀ ਵੀਰੋ। ਅੱਜ ਕੁਛ ਖਾਸ ਗੱਲਾਂ ਤੁਹਾਡੇ ਨਾਲ ਕਰਦੇ ਹਾਂ ਜੋ ਕਿ ਸਾਹਮਣੇ ਆਈਆਂ ਨੇ ਕਿਸੇ ਵੀਰ ਦੇ ਦੁਆਰਾ ਘੱਲੀਆਂ ਹੋਈਆਂ। ਕਹਿੰਦਾ ਅੱਠ ਗੱਲਾਂ ਦੇ ਜਵਾਬ ਖਤਮ ਕਰ ਦਿੰਦੀਆਂ ਨੇ। ਮਾਫ਼ੀ ਗਲਤੀ ਨੂੰ, ਦੁੱਖ ਜ਼ਿੰਦਗੀ ਨੂੰ, ਗੁੱਸਾ ਰਿਸ਼ਤੇ ਨੂੰ, ਝੂਠ ਵਿਸ਼ਵਾਸ ਨੂੰ, ਸਾਥ ਗਮ ਨੂੰ, ਧੋਖਾ ਪਿਆਰ ਨੂੰ, ਫੇਸਬੁੱਕ ਕਰੀਅਰ ਨੂੰ, ਵਟਸਅਪ ਟਾਈਮ ਨੂੰ। ਕਹਿੰਦਾ ਤਿੰਨ ਚੀਜ਼ਾਂ ਜ਼ਿੰਦਗੀ 'ਚ ਇੱਕ ਵਾਰ ਮਿਲਦੀਆਂ, ਮਾਪੇ, ਪਿਤਾ, ਵਕਤ, ਦੋਸਤ। ਕਹਿੰਦਾ ਤਿੰਨ ਚੀਜ਼ਾਂ ਸੋਚ ਸਮਝ ਕੇ ਉਠਾਈ, ਕਦਮ, ਕਸਮ ਅਤੇ ਕਲਮ। ਤਿੰਨ ਚੀਜ਼ਾਂ ਸੋਚ ਕੇ ਕਰੋ, ਪਿਆਰ, ਗੱਲ, ਫੈਸਲਾ। ਤਿੰਨ ਚੀਜ਼ਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ, ਮੌਤ, ਸਮਾਂ, ਉਮਰ। ਕਹਿੰਦਾ ਤਿੰਨ ਚੀਜ਼ਾਂ ਛੋਟੀਆਂ ਨਹੀਂ ਹੁੰਦੀਆਂ, ਕਰਜ਼, ਫਰਜ਼ ਅਤੇ ਰਿਸ਼ਤਾ। ਕਹਿੰਦਾ ਤਿੰਨ ਚੀਜ਼ਾਂ ਹਮੇਸ਼ਾ ਦੁੱਖ ਦਿੰਦੀਆਂ ਨੇ, ਧੋਖਾ, ਗਰੀਬੀ, ਯਾਦ। ਅਤੇ ਕਹਿੰਦਾ ਤਿੰਨ ਚੀਜ਼ਾਂ ਹਮੇਸ਼ਾ ਤੁਸੀਂ ਖੁਸ਼ ਰਹੋਗੇ, ਪਰਮਾਤਮਾ, ਘਰ ਪਰਿਵਾਰ ਅਤੇ ਦੋਸਤ।